ਜਿਹੜੇ ਮੁੱਦੇ
ਕਰ ਬਾਪੂ ਜੀ ਗਾਂ ਕਰਦੋ ਕਰ ਦਿਓ ਜੀ ਆਖੇ ਲੱਗੋ ਭਾਜੀ ਪਰੇ ਹੋ ਪਰੇ ਬਾਬਾ ਜੀ ਬਜ਼ੁਰਗ ਹੋਏ ਰਹਿਣਗੇ ਜੋ ਮਾਣ ਅਭੀ ਐਨੂੰ ਹੋਇਓ ਐਨੂੰ ਐਨੂੰ ਇੱਕ ਸਰ ਇੱਕ ਵਿਦਿਆ ਕਿਹਣੋ ਕੀ ਨਾ ਭਾਈ ਤੁਹਾਡਾ ਜੀ? ਅੱਜ ਜਿਹੜਾ ਡਿੰਪੇ ਦਾ ਵਿਰੋਧ ਕੀਤਾ ਗਿਆ ਕਿਸ ਕਾਰਨ ਨੂੰ ਕੀਤਾ ਗਿਆ ਜੀ? ਇਹ ਡਿੰਪੇ ਦਾ ਵਿਰੋਧ ਜੀ ਇਹ 4.5 ਸਾਲ ਦੇ ਸੁੱਤੇ ਰਹੇ ਆ, ਪਰ ਜਦੋਂ ਇਲੈਕਸ਼ਨ ਦਾ ਟਾਈਮ ਆਇਆ ਤੇ ਜਿੱਦਾਂ ਬਰਸਾਤੀ ਡੱਡੂ ਬਾਹਰ ਨਹੀਂ ਜਗ੍ਹਾ ਆਉਂਦੇ, ਉਸ ਢੰਗ ਨਾਲ ਇਹ ਪਿੰਡਾਂ ਦੇ ਵਿੱਚ ਲੋਕਾਂ ਨੂੰ ਲੁੱਟਣ ਵਾਸਤੇ ਤੇ ਕੁੱਟਣ ਵਾਸਤੇ ਇਹ ਜਿਹੜੀਆਂ ਟੀਮਾਂ ਇਹਨਾਂ ਨੇ ਛੱਡੀਆਂ ਹੋਈਆਂ ਆ ਤੇ ਲੋਕਾਂ ਨੂੰ ਬਗਲਾ ਕੇ ਬੇਵਕੂ ਬਣਾ ਰਹੇ ਆ, ਕਿਉਂਕਿ ਅਸੀਂ ਤੁਹਾਡੇ ਹਾਂ, ਅਸੀਂ ਤੁਹਾਡਾ ਹੀ ਸਭ ਕੁਝ ਕਰ ਰਹੇ ਹਾਂ, ਪਰ ਕੁਛ ਨਹੀਂ ਉੱਥੇ ਹੋ ਰਿਹਾ। ਜੇ ਉੱਥੇ ਕੋਈ ਨਾ ਕੋਈ ਜਾ ਹੁੰਦਾ, ਸਾਰਾ ਪੰਜਾਬ ਜਾਗਦਾ ਹੁੰਦਾ, 117 ਦਾ ਮੱਗ ਜਾ ਕੇ ਉੱਥੇ ਬੈਠਾ ਹੁੰਦਾ ਤੇ ਅੱਜ ਨੂੰ ਇੱਕ ਵਾਲੇ ਕਾਨੂੰਨ ਜਿਹੜੇ ਵਾਪਸ ਹੋਏ ਨਹੀਂ ਸੀ, ਕਿਉਂਕਿ ਇਹ ਸਰਕਾਰਾਂ ਦੀ ਮਿਲੀ ਭੁਗਤ ਸੀ। ਇਹਦੇ ਵਿੱਚ ਕਾਂਗਰਸ ਔਰ ਅਕਾਲੀ ਦਲ ਨੇ ਇਹਨਾਂ ਤਿੰਨਾਂ ਦੇ ਸਹਿਣ ਹੋਏ ਆ ਤੇ ਇਹ ਕਾਲੇ ਕਾਨੂੰਨ ਲਾਗੂ ਹੋਏ ਆ। ਪਰ ਜੇ ਅੱਜ ਇਹ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਇਹ ਕਹਿ ਰਹੇ ਵੀ ਅਸੀਂ ਸੈਸ਼ਨ ਜਾ ਰਹੇ ਹਾਂ, ਅਸੀਂ 19 ਤਰੀਕ ਨੂੰ ਉੱਥੇ ਵਿਰੋਧ ਕਰਾਂਗੇ, ਜੋ ਕੁਝ ਕਰਦੇ ਆ, ਪਰ ਸਾਨੂੰ ਕੋਈ ਉਮੀਦ ਨਹੀਂ ਇਹਨਾਂ ਤੋਂ, ਕਿਉਂਕਿ ਇਹ ਪਹਿਲਾਂ ਹੱਥ ਵੱਢ ਕੇ ਦੇ ਚੁੱਕੇ ਆ, ਇਹ ਆਪਣੇ ਸਹਿਣ ਕਰ ਚੁੱਕੇ ਆ, ਇਹ ਆਪਣਾ ਹੁਣ ਜੋ ਕੁਝ ਦੇਖੇ ਸਾਨੂੰ ਪਿੰਡਾਂ ਦੇ ਵਿੱਚ ਇਹ ਲੋਕਾਂ ਨੂੰ ਬੇਵਕੂ ਬਣਾਉਣ ਲਈ ਆਏ ਆ, ਕਿਉਂਕਿ 22 ਵਾਲਾ ਇਲੈਕਸ਼ਨ ਆ ਰਿਹਾ ਆ। 22 ਵਾਲੇ ਇਲੈਕਸ਼ਨ ਨੂੰ ਮੁੱਖ ਰੱਖ ਕੇ ਇਹ ਬਰਸਾਤੀ ਡੱਡੂ ਬਾਹਰ ਨਿਕਲੇ ਆ ਤੇ ਇਹਨਾਂ ਨੂੰ ਪਿੰਡਾਂ 'ਚ ਅਸੀਂ ਨਹੀਂ ਮਾਰ ਦੇਵਾਂਗੇ। ਜਿੱਥੇ ਵੀ ਇਹ ਪਿੰਡਾਂ ਸਿਆਸੀ ਰੈਲੀ ਕਰਨਗੇ ਉੱਥੇ ਇਹਨਾਂ ਨੂੰ ਘੇਰਾਂਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਮੇਅਰ ਸਿੰਘ ਧਰਾਣੀ ਬੋਲਦਾ ਵਾਂ। ਸੁਰਜੋਤ ਮੋਰਚੇ ਵੱਲੋਂ ਜਿਹੜੀ ਕਾਲ ਹੈ ਪਿੰਡਾਂ ਦੇ ਵਿੱਚ, ਇਹਨਾਂ ਨੂੰ ਸਿਆਸੀ ਆਗੂ ਨੂੰ ਕਿਤੇ ਵੀ ਨਹੀਂ ਮਰ ਦੇਣਾ, ਭਾਵੇਂ ਉਹ ਨਾ ਕੋਈ ਰੈਲੀ ਕਰ ਦੇਣੀ ਆ ਨਾ ਕੋਈ ਮੀਟਿੰਗ ਕਰ ਦੇਣੀ। ਇਹਦੇ 'ਤੇ ਕੱਲ੍ਹ ਤੋਂ ਬੜੀ ਜ਼ੋਰ ਸ਼ੋਰ ਦੇ ਵਿੱਚ ਜਿਹੜਾ ਖਿਮਕ ਨਰਕਾ ਵਾ, ਇਹਨਾਂ ਸਿਆਸੀ ਲੋਕਾਂ ਨੇ ਲੋਕਾਂ ਦੇ ਪਿੰਡਾਂ ਦੇ ਵਿੱਚ ਰੈਲੀਆਂ ਮੀਟਿੰਗਾਂ ਰੱਖ ਕੇ ਗੰਦ ਪਾਉਣਾ ਚਾਲੂ ਕਰਤਾ ਸੀ। ਉਹਦੇ ਵਿਰੋਧ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੱਲ੍ਹ ਵੀ ਅਤੇ ਅੱਜ ਵੀ ਦੀਪਾ ਸਾਹਿਬ ਦੇ ਪਿੱਛੇ ਲੱਗ ਕੇ ਮਾਨਾ ਵਾਲੇ ਪਿੰਡ 'ਤੇ ਆ ਕੇ ਘੇਰ ਕੇ ਹੁਣ ਸਵਾਲ ਜਵਾਬ ਕੀਤੇ ਆ ਕਿ 4.5 ਸਾਲ ਦੇ ਵਿੱਚ ਕੀ ਕੀਤਾ ਤੁਹਾਨੂੰ। ਕੋਈ ਸਵਾਲ ਜਵਾਬ ਨਹੀਂ ਆਇਆ, ਬਸ ਗੋਲ ਮੋਲ ਗੱਲ ਆ। ਪਰ ਇਹ ਜਿਹੜੇ ਬਰਸਾਤੀ ਡੱਡੂ ਆ, 4.5 ਸਾਲ ਹੋ ਗਏ ਆ, ਹੁਣ ਨਿਕਲ ਕੇ ਬਾਹਰ ਆਏ ਆ। ਬਦਕਿਸਮਤੀ ਪੰਜਾਬ ਦੀ ਇਹ ਆ ਕਿ ਜਿਹੜੀ ਲੋਕ ਕਰਦੇ ਕੁਛ ਆ ਕਮਾਉਂਦੇ ਕੁਛ ਆ, ਇਹਦੇ 'ਤੇ ਮੈਂ ਹੱਥ ਜੋੜ ਕੇ ਪੰਜਾਬੀਆਂ ਨੂੰ ਅਪੀਲ ਕਰਦਾ, ਪੰਜਾਬੀਓ ਤੁਹਾਡਾ ਪੰਜਾਬ ਤੁਹਾਡਾ ਭਾਰਤ ਗਿਆ ਜੀ। ਜੇ ਇਹਨਾਂ ਸਿਆਸੀ ਲੋਕਾਂ ਦੇ ਮਗਰ ਇੱਥੇ ਤੁਰੇ ਫਿਰਦੇ ਰਹੇ ਤੇ ਮਾਰੇ ਜਾਓਗੇ,
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੇ ਜਨਤਕ ਜੈਵਲ ਨੂੰ ਫੈਸਲਾ ਕਿ ਜਿੰਨਾ ਚਿਰ ਕਾਲੇ ਕੋਲ ਰੱਦ ਨਹੀਂ ਹੁੰਦੇ ਉਹਨਾਂ ਚਿਰ ਤਾਂ ਕੋਈ ਸਿਆਸੀ ਰੈਲੀ ਨਹੀਂ ਹੁੰਦਾ ਮਤਲਬ ਵਿਰੋਧ ਕਰਦੇ ਇਕੱਲੇ ਮਾਨ ਪਿੰਡ ਦੇ ਕਿ ਹਲਕਾ ਖੇਮ ਕਰਦੇ ਸਾਰੇ ਪਿੰਡਾਂ ਚ ਨਹੀਂ ਇਹ ਸਾਰੇ ਪਿੰਡਾਂ ਦੇ ਵਿੱਚ ਅੱਜ ਕੇ ਤੁਰੇ ਆ ਸੁਰ ਸਿੰਘ ਤੁਰ ਕੇ ਇਹਨਾਂ ਪਿੰਡਾਂ ਦੇ ਵਿੱਚ ਮਿਲਦੇ ਮਿਲਾਉਂਦੇ ਲੋਕਾਂ ਨੂੰ ਸਾਡੀ ਗੱਲ ਨਹੀਂ ਸੁਣੀ ਅਸੀਂ ਉਹ ਪਿੰਡ ਗੁਰਦੁਆਰਾ ਸਾਹਿਬ ਇਕੱਠੇ ਹੋਏ ਸਾਂ ਕਿ ਅਸੀਂ MP ਨੂੰ ਮਿਲ ਕੇ ਗੱਲ ਪੁੱਛਣੀ ਆ ਕਿ ਤੁਸੀਂ 19 ਤਰੀਕ ਨੂੰ ਜਲਾਹ ਦੇ ਵਿੱਚ ਜਾ ਰਹੇ ਜੇ ਵਿਧਾਨ ਸਭਾ ਦਾ ਜਲਾਹ ਚੱਲਣ ਲੱਗਾ ਵਾ ਜਿਹੜੀ ਉੱਥੇ ਗੱਲ ਹੋਣੀ ਆ ਜਿਹੜੀ ਉੱਥੇ ਕਾਲੇ ਗੁਰੂ ਦੇ ਗੱਲ ਚੱਲਣੀ ਤੁਸੀਂ ਜਾ ਰਹੇ ਤੁਸੀਂ ਪੰਜਾਬ ਵੱਲੋਂ ਕੀ ਕਰਦੇ ਹੋ ਜੇ ਪੁੱਛਣਾ ਸੀ ਇਹਦੇ ਤੇ ਸਾਨੂੰ ਪ੍ਰਸ਼ਾਸਨ ਨੇ ਖਰਾਬ ਕੀਤਾ ਝੂਠ ਬੋਲਿਆ ਕਿ ਡੀਪਾ ਆ ਨਹੀਂ ਰਹੇ ਪਰ ਡੀਪਾ ਸਾਹਿਬ ਦੀ ਯਾਰ ਸੁਰੱਖਿਆ ਦੱਸਦੇ ਚੰਗਾ ਡੀਪਾ ਸਾਹਿਬ ਦੀ ਸੁਰੱਖਿਆ ਦੱਸਦੇ ਬਹੁਤ ਵੱਡੀ ਤਾਦਾਦ ਫੋਰਸ ਲਾ ਕੇ ਅੱਗੇ ਪਿੱਛੇ ਗੱਡੀਆਂ ਲਾ ਕੇ ਉਹਨੂੰ ਘੁਮਾਈ ਫਿਰਦੇ ਰਹੇ ਅਸੀਂ ਇੱਥੇ ਆ ਕੇ ਉਹਨਾਂ ਨਾਲ ਗੱਲ ਕੀਤੀ ਆ ਉਹਨਾਂ ਵਿਸ਼ਵਾਸ ਦਵਾਇਆ ਵਾ ਕਿ ਮੈਂ ਜੜ ਦਾ ਪੁੱਤ ਹਾਂ ਦੇਖੋ ਕੀ ਕਰਦੇ ਕੀ ਨਹੀਂ ਕਰਦੇ ਅਗਲੀ ਗੱਲ ਆ ਕਿ ਮੈਂ ਤਾਂ ਜੜ ਦੇ ਪੁੱਤ ਹੀ ਆ ਸਾਰੇ ਪਰ ਉਹ ਕੀ ਕਰਦਾ ਕੀ ਨਹੀਂ ਕਰਦਾ ਮੈਂ ਜਾ ਕੇ ਦਿੱਲੀ ਦੀਆਂ ਬਰੂਹਾਂ ਤੇ ਗੱਲ ਰੱਖੂੰਗਾ ਕਿ ਕਾਲਕ ਦਾਦ ਹੋਣੇ ਚਾਹੀਦੇ ਆ।